ਫੌਜ ਵੀ ਨਾਲ ਆਈ ਸੀ, ਹਵਾਈ ਜਹਾਜ਼ ਵੀ ਉਹਨਾਂ ਦੇ ਸੀਗੇ। ਅੱਛਾ, ਉਹ ਅਸਲਾ ਉਹਨਾਂ ਨੂੰ ਦਿੰਦੇ ਸੀ। ਇਹ ਸਾਰੇ ਬੁੱਢੀਆਂ ਨਾਲ ਤਾਂ ਬੱਚਿਆਂ ਨਾਲ ਭਰੇ ਹੋਏ ਸੀ। ਅੱਛਾ, ਦੋ ਇੱਕ ਗੋਲੀ ਮੇਰੇ ਇੱਧਰ ਦੀ ਨੰਗੀ, ਇੱਕ ਇੱਧਰ ਦੀ ਨੰਗੀ। ਅੱਛਾ, ਕੀ ਨਾਮ ਹੈ ਆਪਣਾ? ਮੁਨੀਰ ਹੁਸੈਨ। ਕਿੰਨੀ ਉਮਰ ਹੋ ਗਈ ਹੈ? ਤਕਰੀਬਨ 90 ਨੂੰ ਉੱਪਰ ਆਏ ਹਾਂ। ਅੱਛਾ, ਉਧਰੋਂ ਆਏ ਸੀ ਇੰਡੀਆ ਚੋਂ? ਇੰਡੀਆ ਚੋਂ। ਕਿੰਨੀ ਉਮਰ ਸੀ ਜਦੋਂ ਉਧਰੋਂ ਆਏ? ਉਦੋਂ ਮੇਰੀ 13-14 ਸਾਲ ਦੀ ਉਮਰ ਹੋ ਗਈ ਸੀ। ਕਿਹੜਾ ਚੱਕ ਸੀ ਉਧਰ? ਮੋਦਾ ਖਨੌੜਾ 270 ਚੱਕ। ਖਨੌੜਾ? ਰਾਜਪੂਤ ਐਕਸਪੀਰੀਅੰਸ। ਕਿਹੜੀ ਤਹਿਸੀਲ? ਜ਼ਿਲ੍ਹਾ? ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਵੀ ਹੁਸ਼ਿਆਰਪੁਰ। ਤਹਿਸੀਲ ਵੀ ਹੁਸ਼ਿਆਰਪੁਰ। ਕਿਹੜੇ ਚੱਕ ਜੇ ਜ਼ਿਆਦਾ, ਕਿਹੜੀ ਬਰਾਦਰੀ ਰਹਿੰਦੀ ਸੀ ਉਦੋਂ ਉੱਥੇ? ਉੱਥੇ ਰਾਜਪੂਤਾਂ ਦੀ ਬਰਾਦਰੀ ਜ਼ਿਆਦਾ ਸੀ। ਅੱਛਾ, ਦੋ ਚੱਕਾਂ ਦੇ ਮਾਲਕ ਸੀਗੇ। ਅੱਛਾ, ਉੱਥੇ ਕਿਲੇ, ਦੀਵਾਨ ਖਾਨੇ, ਹਰ ਚੀਜ਼ ਬਣੀ ਹੋਈ ਸੀ। ਅੱਛਾ, ਸਿੱਖ ਸੀ ਜ਼ਿਆਦਾ? ਸਿੱਖ ਵੀ ਰਹਿੰਦੇ? ਥੋੜੇ ਸੀ। ਥੋੜੇ ਸੀ? ਆਸੇ ਪਾਸੇ ਨਾਲ ਦੇ ਕਿਹੜੇ ਚੱਕ ਸੀ? ਬਾਕੀ ਬਹੁਤ ਸਿੱਖੀ ਸੀਗੀ। ਨਾਲ ਕਿਹੜੇ ਚੱਕ ਸੀ ਕੋਈ ਨਾ ਯਾਰ? ਮੈਂ ਤੁਹਾਨੂੰ ਦੱਸ ਦਿੰਦਾ। ਹਾਂਜੀ, ਫਗਲਾਣਾ, ਖਨੌੜਾ, ਰਹਾਣਾ, ਗਵੇਡਾ, ਰਹਾਣਾ, ਪਧਿਆਣਾ, ਸਿੰਬਲੀ, ਮੋਲਣਾ, ਇਹ ਚੱਕ ਸੀ। ਅੱਛਾ, ਹਾਂਜੀ। ਅੱਛਾ, ਜਦੋਂ 47 ਵੇਲੇ ਐਲਾਨ ਹੋਇਆ ਕਿ ਵੰਡ ਦਾ, ਤੇ ਕੀ ਹਾਲਾਤ ਸੀ ਉਦੋਂ? ਕਿੱਦਾਂ ਤੁਸੀਂ ਨਿਕਲੇ ਪਿੰਡ ਚੋਂ? ਹਾਲਾਤ ਹਮਲਾ ਜ਼ਬਰਦਸਤ ਹੋਇਆ। ਅੱਛਾ, ਕਤਲੋ ਹਮਲਾ ਹੋ ਗਿਆ ਤੁਹਾਡੇ ਪਿੰਡ? ਹਮਲਾ ਹੋਇਆ। ਅੱਛਾ, ਕਤਲੋ ਗਾਰਤ ਵੀ ਬਹੁਤ ਹੋਈ ਹੈ। ਅੱਛਾ, ਹਾਂਜੀ। ਕਿੱਦਾਂ ਤੁਸੀਂ ਨਿਕਲੇ ਪਿੰਡ ਚੋਂ, ਗੱਲ ਯਾਦ? ਅਸੀਂ ਸੂਰਜ ਸਵੇਰ ਤੋਂ ਸ਼ੁਰੂ ਜਾਣ ਸ਼ੁਰੂ ਹੋ ਗਏ। ਅੱਛਾ, ਸਵੇਰ? ਸਵੇਰ ਤੋਂ। ਅੱਛਾ, ਤਕਰੀਬਨ 8 ਵਜੇ। ਅੱਛਾ, ਵਜੇ ਠੀਕ। ਬਾਅਦ ਦੇ ਵਿੱਚ ਦੁਨੀਆ ਫੜਾ ਤੋੜੀ ਪੈ ਗਈ। ਅੱਛਾ, ਕੋਈ ਨਸ ਭੱਜ ਗਿਆ, ਕੋਈ ਲੜਨ ਲੱਗ ਪਿਆ। ਅੱਛਾ, ਉਹਨਾਂ ਦਾ ਜਥਾ ਬੜਾ ਜ਼ਬਰਦਸਤ ਸੀਗਾ। ਅੱਛਾ, ਪਟਿਆਲੇ ਦੀ ਨਾ ਫੌਜ ਵੀ ਸੀ। ਅੱਛਾ, ਫੌਜ ਵੀ ਨਾਲ ਆਈ? ਫੌਜ ਵੀ ਨਾਲ ਆਈ ਸੀ, ਹਵਾਈ ਜਹਾਜ਼ ਵੀ ਉਹਨਾਂ ਦੇ ਸੀਗੇ। ਅੱਛਾ, ਉਹ ਅਸਲਾ ਉਹਨਾਂ ਨੂੰ ਦਿੰਦੇ ਸੀ। ਅੱਛਾ, ਹੋਰ ਦੱਸ ਕਿੱਦਾਂ ਫਿਰ ਤੁਸੀਂ ਉਦੋਂ ਨਿਕਲੇ? ਸਾਡੇ ਜੀ ਚਾਰ ਕਮਰੇ ਜਿਹੜੇ ਸੀ ਨਾ, ਭੋਗੀ ਵਾਲਾ ਅੰਦਰ, ਬੱਸਾਂ ਵਾਲੇ ਅੰਦਰ, ਮੱਝਾਂ ਵਾਲਾ, ਸਾਡੇ ਬਾਬੇ ਦੇ, ਇਹ ਸਾਰੇ ਬੁੱਢੀਆਂ ਨਾਲ ਤਾਂ ਬੱਚਿਆਂ ਨਾਲ ਭਰੇ ਹੋਏ ਸੀ। ਅੱਛਾ, ਸਿੱਖ ਸਜਦਾ ਨਾ ਦਰਵਾਜ਼ਿਆਂ ਦੇ ਮੂਹਰੇ ਨੂੰ ਜਾਂਦੇ ਸੀ। ਅੱਛਾ, ਤੇ ਮੈਂ 3 ਦਫਾ ਬਾਹਰ ਨਿਕਲ ਕੇ ਬੱਚਿਆਂ ਲਈ ਪਾਣੀ ਵੀ ਪਿਲਾਇਆ, ਸਾਡੇ ਖੂਹ ਵੀ ਸੀ। ਅੱਛਾ, ਗੋਲੀ ਆਉਂਦੀ ਸੀ ਜ਼ਬਰਦਸਤ। ਅੱਛਾ, ਦੋ ਇੱਕ ਗੋਲੀ ਮੇਰੇ ਇੱਧਰ ਦੀ ਮੰਗੀ, ਇੱਕ ਇੱਧਰ ਦੀ ਮੰਗੀ। ਅੱਛਾ, ਉਹਨਾਂ ਨੇ ਬਚਾਉਣਾ ਸੀਗਾ। ਹਾਂਜੀ, ਮੈਂ ਜੰਗ ਸ਼ੁਰੂ ਹੋਈ, ਵਿੱਚ ਸਿੱਖ ਕਹਿਣ ਇਹਨਾਂ ਕਦਰਾਂ ਨੂੰ ਵੀ ਦੇਖ ਲਓ। ਅੱਛਾ, ਵਿੱਚ ਕਹਿਣ ਚਲੋ ਚਲੋ ਇੱਥੇ ਕੁਛ ਨਹੀਂ ਗਾ। ਅੱਛਾ, ਬਸ ਅੱਲਾ ਨੇ ਬਚਾਉਣਾ ਸੀਗਾ। ਅੱਛਾ, ਹਾਂਜੀ। ਇੱਕ ਜਿਹੜਾ ਰਾਜ ਸਾਹਿਬ ਦੇ ਹਮਲਾ ਹੋਇਆ ਨਾ ਜਾ ਕੇ ਪਿੰਡ ਦੇ ਦਰਮਿਆਨ ਚ, ਉੱਥੋਂ ਇੱਕ ਮਰਾਸਮ ਸੀਗੀ। ਅੱਛਾ, ਉਹ ਮਸਜਿਦ ਦੇ ਉੱਤੋਂ ਦੀ ਚੱਲ ਕੇ ਤਾਂ ਸਿੰਘ ਦੇ ਵਿੱਚ ਛਾਲ ਮਾਰ ਕੇ ਤਾਂ ਉਹ ਗਲੀਆਂ ਛੋਟੀਆਂ ਛੋਟੀਆਂ, ਉਹ ਘੁੰਮਦੀ ਕਮਾਉਂਦੀ ਉਹ ਸਾਡੇ ਇੱਥੇ ਪਹੁੰਚ ਗਈ। ਉਹਨੂੰ ਅਸੀਂ ਆਪਣੇ ਬਾਬੇ ਦੀ ਨਾ ਰੇਸ਼ਮੀ ਪੱਗ ਸਾੜ ਕੇ ਤਾਂ ਜ਼ਖਮਾਂ ਤੇ ਲਾਈ। ਅੱਛਾ, ਅੰਦਰ ਟਾ ਲਿਆ। ਉਦੋਂ ਸਾਡੇ ਬੰਦੇ ਬਹੁਤ ਤੇ ਵੀ ਸੀ, ਜਿੱਦਾਂ ਉਹ ਪੀਣ ਦਾ, ਉਹ ਸਾਰੀ ਖਬਰ ਦਈ ਜਾਂਦਾ ਸੀ। ਅੱਛਾ, ਜਿਸ ਤਰ੍ਹਾਂ ਜਥਾ ਆਉਂਦਾ ਜਾਂਦਾ ਸੀ। ਹਾਂਜੀ, ਹੋਰ ਦੱਸੋ। ਅੱਛਾ, ਪਿੰਡ ਚੋਂ ਕਾਤੇ ਨਿਕਲੇ ਫਿਰ? ਜਦੋਂ ਨਿਕਲ ਜਾਗੇ ਪੈਦਲ ਨਿਕਲੇ ਕਿ ਗੱਡਿਆਂ ਤੇ? ਗੱਡਿਆਂ ਤੇ ਵੀ, ਕਈ ਗੱਡਿਆਂ ਤੇ ਨਹੀਂ ਨਿਕਲੇ, ਅਫੜਾ ਤਫੜੀ ਪਏ, ਕੋਈ ਗੱਡਿਆਂ ਤੇ ਨਹੀਂ ਨਿਕਲੇ। ਅੱਛਾ, ਮਾਲ ਡੰਗਰ ਕੁਛ ਨਹੀਂ, ਆਪਣੀ ਜਾਨਾਂ ਬਚਾਉਣ ਦੀ ਕੋਸ਼ਿਸ਼ ਕੀਤੀ। ਅੱਛਾ, ਸਾਡਾ ਚਾਚਾ ਸੀ ਬਾਗ ਸੀ ਦੋ ਮਰਬਿਆਂ ਚ। ਅੱਛਾ, ਰਾਜਪੂਤਾਂ ਦਾ। ਅੱਛਾ, ਉਹ ਸੀਗਾ ਤਾਂ ਫੌਜੀ, ਓਟ ਨਾਲ ਉਹਦੇ ਮਗਰ ਸਿੱਖ ਚਾਰ ਪਏ। ਅੱਛਾ, ਪਰ ਉਹ ਨਿਕਲ ਗਿਆ। ਉਹਦੀ ਵਜ੍ਹਾ ਸਾਨੂੰ 5 ਦਿਨ ਆਇਆ ਕੈਂਪ ਚ ਆ ਗਿਆ। ਅੱਛਾ, ਕਿੱਥੇ ਕੈਂਪ ਲੱਗਾ ਸੀ? ਇਹ ਸੀਗਾ ਪਹਿਲੇ ਤਾਂ ਰਹਾਣੇ ਸੀਗਾ। ਰਹਾਣੇ? ਰਹਾਣੇ ਉੱਥੇ ਸੀ ਮਾਸਟਰ ਸਾਡਾ, ਮੇਰਾ ਸਹੁਰਾ ਵੀ ਮਾਸਟਰ ਸੀ। ਅੱਛਾ, ਉਹ ਉੱਥੇ ਫੁਲਾਣੇ ਪੜਾਉਂਦੇ ਸੀਗੇ, ਮਾਸਟਰ ਰਹਿਮਤੁੱਲੀ ਸੀ ਉਹਦਾ ਨਾਂ। ਅੱਛਾ, ਉਹ ਉੱਥੇ ਅਸੀਂ ਪਹੁੰਚ ਗਏ। ਅੱਛਾ, ਉਹਨੇ ਵੀ ਦਰਵਾਜ਼ੇ ਖੋਲ ਦਿੱਤੇ, ਜੋ ਕੋਈ ਚੱਕ ਹੁੰਦਾ ਚੱਕ ਲਓ, ਦਾਣਾ ਪੱਕਾ ਜਿੱਦਾਂ ਵੀ ਸੀਗਾ। ਅੱਛਾ, ਸਾਰੇ ਇੱਦਾਂ ਹੀ ਤਾਂ ਨਿਕਲੇ, ਕੋਈ ਚੀਜ਼ ਨਹੀਂ ਚੱਕ ਹੋਈ ਸੀ। ਅੱਛਾ, ਬਸ ਫਿਰ ਉੱਥੇ ਦੂਸਰੇ ਦਿਨ ਅਸੀਂ ਬੀਬੀ ਦੀ ਪਡੋਰੀ ਸੁਣਾਉਂਦੀ ਸੀ। ਅੱਛਾ, ਉੱਥੇ ਕੈਂਪ ਲੱਗ ਗਿਆ ਸੀ। ਠੀਕ, ਉੱਥੇ ਪਹੁੰਚ ਗਿਆ, ਮਹੀਨਾ ਅਸੀਂ ਉੱਥੇ ਰਹੇ। ਅੱਛਾ, ਫਿਰ ਉਸ ਤੋਂ ਬਾਅਦ ਕੋਈ 8 ਦਿਨਾਂ ਬਾਅਦ ਮੈਂ ਤਾਂ ਚਾਚਾ 2 ਵਾਰੀ ਚੱਕ ਚ ਗਏ। ਅੱਛਾ, ਮੈਂ ਆਪਣੇ ਘਰ ਗਿਆ, ਉਹ ਕਿਲੇ ਦੇ ਨਾਲ ਸੀ, ਉੱਥੇ ਪਹਿਲੇ ਘਰ ਉੱਥੇ ਗਿਆ। ਠੀਕ, ਕੁਛ ਸਮਾਨ ਥੋੜਾ ਬਹੁਤਾ ਨਾ ਲਿਆਂਦਾ। ਅੱਛਾ, ਜ਼ੇਵਰ ਜ਼ੇਵਰ ਵੀ ਸੀਗਾ ਸਾਡਾ, ਉਹ ਬੰਦ ਕੀਤਾ ਸੀ, ਉਹ ਵੀ ਪੱਟ ਕੇ ਲਿਆਂਦਾ। ਅੱਛਾ, ਹੈ ਬਸ ਇਸ ਤਰ੍ਹਾਂ ਕਰਕੇ ਮੈਂ ਜਾਣਾ ਰਾਤ ਨੂੰ। ਅੱਛਾ, ਆਪਣੇ ਮੂੰਹ ਛੱਡ ਕੇ ਪਤਾ ਨਾ ਲੱਗੇ, ਇਸ ਤਰ੍ਹਾਂ ਅਸੀਂ ਜਾਂਦੇ ਹੁੰਦੇ ਰਹੇ। 2 ਦਫਾ ਗਏ। ਅੱਛਾ, 2 ਦਫਾ ਪਿੰਡ ਗਏ? 2 ਦਫਾ ਗਏ, ਪਰ ਉੱਥੇ ਖੌਫ ਹੁੰਦਾ। ਅੱਛਾ, ਬਹੁਤ ਖੌਫ ਹੁੰਦਾ, ਕੁਛ ਜਾਨ ਬੰਦੀ ਨਹੀਂ ਬੋਲਦਾ। ਕੈਂਪ ਚ ਕਿੰਨੇ ਦਿਨ ਰਹੇ ਉੱਥੇ? ਉੱਥੇ ਮੈਂ ਤੁਹਾਨੂੰ ਦੱਸਦਾ, ਹਾਂਜੀ, ਪਡੋਰੀ ਦਾ 1 ਮਹੀਨਾ। ਅੱਛਾ, ਉੱਥੋਂ ਚੱਲ ਕੇ ਫਿਰ ਅਸੀਂ ਆ ਗਏ ਇੱਥੇ ਹੁਸ਼ਿਆਰਪੁਰ। ਅੱਛਾ, ਹੁਸ਼ਿਆਰਪੁਰੋਂ ਫਿਰ ਚੱਲੇ
ਹੁਸ਼ਿਆਰਪੁਰ ਤੇ ਕਾਫੀ ਉੱਥੇ ਵੀ ਦੇਣ ਲੱਗ ਗਿਆ ਕੈਂਪ ਚਲੇ ਆਉਂਦੇ ਜੀ ਅਸੀਂ ਬਹਿ ਗਏ ਉੱਥੇ ਅੱਛਾ ਉੱਥੇ ਇੱਕ ਸਾਡੇ ਰਿਸ਼ਤੇਦਾਰ ਸੀਗੇ ਕਮਾਲਪੁਰ ਅੱਛਾ ਉਹਨਾਂ ਦੇ ਘਰ ਵੀ ਗਿਆ ਉੱਥੇ ਵੀ ਉਹਨਾਂ ਨੇ ਤੇਲ ਦਾ ਪੀਪਾ ਸਟਿਆ ਹੋਇਆ ਸੀ ਅੱਛਾ ਇੱਕ ਕਸੂਰ ਲਾ ਮੇਰੇ ਕੋਲ ਹਾਲੇ ਵੀ ਹੈਗਾ ਅੱਛਾ ਇੱਕ ਤਲਵਾਰ ਉਹ ਮੈਂ ਚੁੱਕ ਕੇ ਲਿਆ ਅੱਛਾ ਹੈਗੀ ਤੁਹਾਡੇ ਕੋਲ ਜੀ ਆਹੋ ਕਸੂਰ ਹੈਗਾ ਬੋਲਦਾ ਮੈਂ ਬਾਲਾਂ ਟੁੱਕ ਦੇਦਾ ਤਲਵਾਰ ਨਾਲ ਅੱਛਾ ਰਸਤੇ ਚ ਫਿਰ ਉੱਥੋਂ ਚੱਲੇ ਅਸੀਂ ਨਸਰਾਏ ਆਏ ਅੱਛਾ ਨਸਰਾਏ ਆਦਮਪੁਰ ਆਏ ਆਦਮਪੁਰ ਵੀ ਮਸ਼ਹੂਰ ਆ ਅੱਛਾ ਹਵਾਈ ਅੱਡਾ ਸੀਗਾ ਅੱਛਾ ਉੱਥੇ ਸਾਨੂੰ ਮਹੀਨਾ ਲੱਗ ਗਿਆ ਫਿਰ ਅੱਛਾ ਫਿਰ ਉੱਥੋਂ ਅੱਡੇ ਹੋਇਆ ਵੀ ਚੱਲੇ ਗੱਡਿਆਂ ਵਾਲੇ ਨਾ ਹਾਂਜੀ ਉਹ ਚਲੋ ਅੱਛਾ ਤੇ ਬਾਕੀ ਬੈਠੇ ਦਾ ਉਹਨਾਂ ਨੂੰ ਰੇਲ ਗੱਡੀ ਲੱਗੀ ਅੱਛਾ ਫਿਰ ਉੱਤੇ ਨੂੰ ਕੈਬ ਉੱਥੇ ਰੇਲ ਰਹਿ ਗਏ ਅੱਛਾ ਤੀਸਰੇ ਰੇਲ ਤੇ ਅਸੀਂ ਆਏ ਠੀਕ ਲਾਹੌਰ ਅੱਛਾ ਲਾਹੌਰ ਨੀਮੀ ਛਾਉਣੀ ਉਤਰੇ ਉੱਥੋਂ ਫਿਰ ਮੇਵਾ ਮੰਡੀ ਆਏ ਅੱਛਾ ਉੱਥੇ ਵੀ ਰਿਸ਼ਤੇਦਾਰ ਸੀ ਸਾਡੇ ਅੱਛਾ ਮਹੀਨਾ ਅਸੀਂ ਉੱਥੇ ਰਹੇ ਅੱਛਾ ਉੱਥੋਂ ਫਿਰ ਚੱਲ ਪਏ ਫੈਸਲਾਬਾਦ ਅੱਛਾ ਫੈਸਲਾਬਾਦ ਤੋਂ ਇੱਥੇ ਆ ਗਏ ਜੜਾਂ ਵਾਲੇ ਰਸਤੇ ਅੱਛਾ 96 ਆ ਗਏ ਅੱਛਾ ਇੱਕ ਰਾਤ ਅਸੀਂ ਇੱਥੇ ਰਹੇ ਗ੍ਰਾਮ ਸਾਹਿਬ ਨਾਲ ਹੱਥ ਆ ਜਿਹੜਾ ਅੱਛਾ ਉਹਦੇ ਚ ਫਿਰ ਅਸੀਂ ਸਿੱਖਾਂ ਦੇ ਘੁੰਗੇ ਚਲੇ ਗਏ ਅੱਛਾ ਇੱਕ ਮਹੀਨਾ ਉੱਥੇ ਰਹੇ ਠੀਕ ਉੱਥੋਂ ਫਿਰ ਪਰੇ ਲੂੰਗੀ ਜੈਲ ਦੇ ਵਿੱਚ ਹੈਗੀ ਬਸਤੀ ਦਾਨਿਸ਼ਮੰਦਾਂ ਦੀ ਮੀਆਂ ਸਤਾਰ ਸੀ ਕੀ ਨਾਮ ਪਤਾ ਨੀ ਨਾਂ ਤਾਂ ਕਰਤਾਰ ਸਿੰਘ ਸੀ ਦੂਜੇ ਦਾ ਨਾਮ ਭੁੱਲ ਗਏ ਹੈ ਅੱਛਾ